ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਦੇ ਵਿੱਚ ਨੇ ਸੋ ਸਾਧ ਸੰਗਤ ਇਸ ਦੇ ਬਾਰੇ ਤੇ ਆਪਾਂ ਸਾਰੇ ਜਾਣਦੇ ਹੀ ਆ ਹੁਣ ਕੀ ਕੇਂਦਰ ਸਰਕਾਰ ਇਸ ਤੇ ਪਛਤਾਵਾ ਕਰੇਗੀ ਕੀ ਪੰਜਾਬ ਸਰਕਾਰ ਮਾਫੀ ਮੰਗੂਗੀ ਜੋ ਹੋਇਆ ਨਜ਼ਾਇਜ਼ ਹੋਇਆ ਇਸ ਵਿਸ਼ੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰਾ ਵਿਵਾਦ ਛਿੜਿਆ ਹੋਇਆ ਤੁਸੀਂ ਵੇਖਿਆ ਹਰਿਆਣਾ ਦੇ ਵਿੱਚ ਮੇਵਾਤ ਦੇ ਵਿੱਚ ਮੇ ਵਾਰਡ ਦੇ ਵਿੱਚ ਕਿੰਨਾ ਕੁਝ ਹੋਇਆ ਗੱਡੀਆਂ ਨੂੰ ਅੱਗ ਲਾਤੀਆਂ ਔਰ ਸੜਗੀਆਂ ਮਸਜਿਦ ਦੇ ਵਟੇ ਰੂੜੇ ਮਾਰੇ ਗਏ ਧਰਮਾਂ ਦੇ ਨਾਂ ਤੇ ਲੜਾਈ ਸਾਰੇ ਵਿਸ਼ੇ ਨੂੰ ਆਪਾਂ ਜ਼ਰੂਰ ਅੱਜ ਖੰਘਾਲਣਾ ਸੋ ਕੀ ਕਾਰਨ ਹੈ ਕਿੱਥੇ ਕੋ ਘਾਟ ਰੇ ਕੀ ਸੋ ਪਿਆਰਿਓ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਸਭ ਤੋਂ ਪਹਿਲਾਂ ਸਾਰੇ ਜਣੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਮਰਿਤਪਾਲ ਸਿੰਘ ਤੇ ਕਾਰਵਾਈ ਹੋਈ ਉਸ ਤੋਂ ਪਹਿਲਾਂ 23 ਫਰਵਰੀ 2023 ਨੂੰ ਅਜਨਾਲਾ ਕਾਂਡ ਵਾਪਰਿਆ। ਉਸ ਵਕਤ ਬੜੇ ਲੋਕਾਂ ਨੇ ਕਿਹਾ ਅਮਰਤਪਾਲ ਨੂੰ ਗ੍ਰਿਫਤਾਰ ਨਹੀਂ ਕਰਦੇ। ਥਾਣੇ ਤੇ ਕਬਜ਼ਾ ਕਰ ਲਿਆ ਪੁਲਿਸ ਵਾਲਿਆਂ ਨੂੰ ਕੁੱਟਿਆ ਜੀ ਲੋਅਨ ਐਂਡ ਆਰਡਰ ਭੰਗ ਕਰ ਦਿੱਤਾ ਜੀ ਐਂ ਕਰਤਾ ਉਹ ਕਰਤਾ ਬੜਾ ਕੁਝ ਕਿਹਾ ਬੜਾ ਕੁਝ ਲੋਕਾਂ ਨੇ ਬੋਲਿਆ। ਸਿੱਖੀ ਬਾਰੇ ਵੀ ਬੋਲਿਆ ਸਰਦਾਰਾਂ ਬਾਰੇ ਵੀ ਬੋਲਿਆ ਜਿਹੜਾ ਕੁਝ ਮਨ ਚ ਆਇਆ ਉਹੀ ਕੁਝ ਕਹਿੰਦੇ ਰਹੇ। ਮੈਂ ਇੱਥੇ ਬੇਨਤੀ ਕਰਕੇ ਧਿਆਨ ਦਿਵਾਉਣਾ ਚਾਹੁੰਦਾ ਜਿਹੜੇ ਲੋਕ ਉਦੋਂ ਉਸ ਵੇਲੇ ਬੋਲਦੇ ਸੀ ਉਹਨਾਂ ਲੋਕਾਂ ਦੀ ਜ਼ੁਬਾਨ ਨੂੰ ਅੱਜ ਤੰਦੂਆ ਪੈ ਗਿਆ ਹਰਿਆਣਾ ਦੇ ਵਿੱਚ ਕੀ ਕੁਝ ਹੋਇਆ ਹਰਿਆਣੇ ਦੇ ਵਿੱਚ ਜੋ ਕੁਝ ਹੋਇਆ ਉਹਦੇ ਬਾਰੇ ਅਸੀਂ ਬੋਲਦੇ ਨਹੀਂ ਆ ਜੀ ਜ਼ੁਬਾਨ ਹੀ ਸਾਡੀ ਬੰਦ ਹੋ ਗਈ 1984 ਦੇ ਵਿੱਚ ਜੋ ਸਿੱਖਾਂ ਨਾਲ ਹੋਇਆ ਨਾ ਸਿੱਖਾਂ ਨੂੰ ਘਰੋਂ ਕੱਢ-ਕੱਢ ਕੇ ਮਾਰਿਆ ਗਿਆ ਅੱਜ ਉਹੀ ਮੁਸਲਮਾਨ ਭਰਾਵਾਂ ਨਾਲ ਹੋ ਰਿਹਾ ਹੈ ਕੱਟ ਗਿਣਤੀਆਂ ਨਾਲ ਇਹੋ ਕੁਝ ਹੁੰਦਾ ਹੈ ਇਹ ਜਾਣ ਬੁੱਝ ਕੇ ਸਰਕਾਰਾਂ ਦਾ ਵੀ ਰੋਲ ਹੈ ਤੇ ਇਹ ਲੋਕ ਚਾਂਬਲੇ ਹੋਏ ਵੀ ਨੇ ਗੁੰਡੇ ਤੇ ਮੈਂ ਬੇਨਤੀ ਕਰਾਂ ਇਹਨਾਂ ਲੋਕਾਂ ਨੂੰ ਤੁਸੀਂ ਇਹਨਾਂ ਇਹਨਾਂ ਦਾ ਭਲਾ ਕਰਨ ਦੇ ਲਈ ਸੋਚਦੇ ਹੋ ਅਸੀਂ ਸੱਚੀ ਇਨਸਾਨੀਅਤ ਦਾ ਹੌਕਾ ਦੰਨੇ ਆ ਮੈਂ ਬੇਨਤੀ ਕਰਾਂ ਇਹ ਕਿ ਨਾ ਇਹ ਗੁਲਸਤਾਨ ਹਮਾਰਾ ਇਹ ਗੁਲਦਸਤਾ ਤੁਹਾਡਾ ਉਹ ਤੁਸੀਂ ਧਰਮਾਂ ਦੇ ਨਾਂ ਤੇ ਲੜ ਲੈਂਦੇ ਹੋ ਤੁਸੀਂ ਮਸਜਿਦ ਦੇ ਵੱਟੇ ਮਾਰ ਲੈਂਦੇ ਹੋ ਉਹ ਤੁਸੀਂ ਲੋਕਾਂ ਨੂੰ ਗੱਡੀਆਂ 'ਚ ਜਿੰਦਾ ਸਾੜ ਦਿੰਨੇ ਹੋ ਉਹ ਤੁਸੀਂ ਮਸਜਿਦਾਂ ਤੇ ਚੜ ਕੇ ਭਗਵੇਂ ਲਹਿਰਾਉਨੇ ਹੋ ਜਾਣ ਬੁਝ ਕੇ ਧਰਮ ਨੂੰ ਟਿਚਰਾ ਕਰਦੇ ਹੋ ਉਹ ਤੁਸੀਂ ਸ਼ਰਿਆਮ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਹੋ ਤੇ ਸ਼ਰਿਆਮ ਤੁਸੀਂ ਕਹਿੰਦੇ ਹੋ ਇੱਥੇ ਅਸੀਂ ਰਹਾਂਗੇ ਇਹਨਾਂ ਨੂੰ ਤੋਂ ਬਾਹਰ ਕੱਢ ਦਿਓ ਸਿੱਖਾਂ ਨੂੰ ਭਜਾ ਦਿਓ ਮੁਸਲਮਾਨਾਂ ਨੂੰ ਭਜਾ ਦਿਓ ਇੱਥੋਂ ਉਹ ਸ਼ਰਮ ਕਰੋ ਤੁਸੀਂ ਕਿੱਥੇ ਇੱਕ ਖਲੋਏ ਹੋਇਓ ਉਹ ਜਿਸੀ ਕਹਿੰਦੇ ਆ ਅਸੀਂ ਰਾਮ ਦੇ ਭਗਤ ਹੈ ਜੀ ਰਾਮਚੰਦਰ ਜੀ ਨੇ ਦੱਸੋ ਜੀ ਕਿਹਨੂੰ ਕੱਢਿਆ? ਰਾਮਚੰਦਰ ਜੀ ਨੇ ਆਖਰ ਕਿਹਨੂੰ ਦੇਸ਼ ਨਿਕਾਲਾ ਦਿੱਤਾ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਭਾਈ ਇੱਥੇ ਸਿਰਫ Hindu ਹੀ ਰਹਿਣਗੇ, ਰਾਮਚੰਦਰ ਦੇ ਭਗਤ ਹੀ ਰਹਿਣਗੇ, ਇੱਥੇ ਹੋਰ ਨਹੀਂ ਕੋਈ ਰਹੇਗਾ। ਸ਼੍ਰੀ ਰਾਮ ਜੀ ਨੇ ਤੇ ਆਪ ਖੁਦ ਉਹਨਾਂ ਨੇ ਇਨਸਾਨੀਅਤ ਦਾ ਹੋਕਾ ਦਿੱਤਾ। ਚਲੋ ਇਲਗ ਤੋਂ ਵਿਸ਼ਾ ਮੈਂ ਬੇਨਤੀ ਤਾਂ ਕਰ ਰਿਹਾ ਜੋ ਹਰਿਆਣਾ ਦੇ ਵਿੱਚ ਹੋਇਆ ਬਹੁਤ ਮਾੜਾ ਹੈ ਤੇ ਸਾਨੂੰ ਇਸ ਦੀ ਨਿਖੇਦੀ ਕਰਨੀ ਪਵੇਗੀ ਪਰ ਮੈਨੂੰ ਉਹ ਲੋਕ ਨਹੀਂ ਲੱਭੇ ਜਿਹੜੇ ਉਸ ਚੀਜ਼ ਦੀ ਘਟਨਾ ਨੂੰ ਨਿੰਦ ਸਕਦੇ ਸੀ ਨਿਖੇਦੀ ਕਰ ਸਕਦੇ ਸੀ ਜਿਹੜੇ ਅਮਰਤਪਾਲ ਵੇਲੇ ਬਾਹਾਂ ਕੱਢ-ਕੱਢ ਕੇ ਜਨਾਨੀਆਂ ਵਾਂਗੂ ਲੜਦੇ ਸੀ ਬੀਬੀਆਂ ਵਾਂਗੂ ਵਿਧਾਨ ਸਭਾ ਦੇ ਵਿੱਚ ਆਏ ਆਏ ਹੁੰਦਾ ਸੀ ਉਹ ਲੋਕ ਨਹੀਂ ਮੈਨੂੰ ਦਿਖੇ ਬੜਾ राजे ਬੜਿੰਗ ਵਰਗੇ ਹੋਰ ਲੋਕ ਨਹੀਂ ਮੈਨੂੰ ਦਿਖੇ ਜਿਹੜੇ ਕਹਿੰਦੇ ਸੀ ਕਦੋਂ ਕਰੋਗੇ ਅਮਰਤਪਾਲ ਤੇ ਪਰਚਾ ਦਰਜ ਹਰਿਆਣੇ ਦਾ ਮੁੱਖ ਮੰਤਰੀ ਮੈਨੂੰ ਸ਼ਰਮ ਜੀ ਆਉਂਦੀ ਹੈ ਕਹਿੰਦੇ ਹੋਏ ਉਹ ਕਹਿੰਦਾ ਪੁਲਿਸ ਘੱਟ ਹੈ ਤੇ ਹਰਿਆਣੇ ਦੀ ਆਬਾਦੀ ਜ਼ਿਆਦਾ ਹੈ ਕਹਿੰਦਾ ਇਸ ਕਰਕੇ ਥੋੜੇ ਪੁਲਿਸ ਵਾਲੇ ਇੰਨੀ ਆਬਾਦੀ ਨੂੰ ਕੰਟਰੋਲ ਨਹੀਂ ਕਰ ਸਕਦੇ ਇਹਦੇ ਵਿੱਚ ਸਰਕਾਰ ਦਾ ਰੋਲ ਹੈ ਆਮ ਬੰਦਿਆਂ ਨੇ ਥੋੜਾ ਕੁਝ ਕਰਨਾ ਹੈ ਤੁਸੀਂ ਪੁਲਿਸ ਦੀ ਗਿਣਤੀ ਵਧਾਓ ਮੈਨੂੰ ਹੈਰਾਨਗੀ ਹੋਈ ਜਦੋਂ ਮੈਂ ਸਵੇਰੇ ਵੀਡੀਓ ਦੇਖੀ ਆ ਮੈਨੂੰ ਪਤਾ ਨਹੀਂ ਸੀ ਕਿਉਂਕਿ 2-3 ਦਿਨ ਹੋ ਗਏ ਇਹ ਵਿਸ਼ਾ ਚੱਲਦੇ ਨੂੰ ਮਨ ਜ਼ਰਾਗੀ ਹੋਇਆ ਇਨਸਾਨੀਅਤ ਇਨਸਾਨੀਅਤ ਦਾ ਰੌਲਾ ਪਾਉਣ ਵਾਲੇ ਇਨਸਾਨ ਇਨਸਾਨ ਕਹਿਣ ਵਾਲੇ ਮੈਨੂੰ ਅੱਜ ਸੱਚੀ ਉਹ ਚੀਜ਼ਾਂ ਬਹੁਤ ਦਰਦ ਦੇ ਗਈਆਂ ਜਦੋਂ ਇੱਕ ਮੁਸਲਮਾਨ ਭਰਾ ਭੱਜਿਆ ਜਾਂਦਾ ਉਹਦੇ ਮਗਰ 100 ਬੰਦਾ ਪੈ ਗਿਆ ਜਿਹਨੂੰ ਕੁੱਟ ਰਹੇ ਨੇ ਉਹਨੂੰ ਜਾਨਵਰਾਂ ਵਾਂਗੂ ਜਾਨਵਰ ਨਾਲ ਵੀ ਨਹੀਂ ਕਰਦੇ ਆਪਾਂ ਇਦਾਂ ਦਾ ਸਲੂਕ ਔਰ ਇੱਕ ਬਾਲੀਵੁੱਡ ਸਟਾਰ ਹੈ ਉਹ ਕਹਿੰਦਾ ਹੈ ਸਾਨੂੰ ਕਿਸੇ ਤੋਂ ਖਤਰਾ ਨਹੀਂ ਕਹਿੰਦਾ ਸਾਨੂੰ ਇਨਸਾਨੀਅਤ ਤੋਂ ਖਤਰਾ ਹੈ ਸਾਨੂੰ ਇਨਸਾਨਾਂ ਤੋਂ ਖਤਰਾ ਹੈ ਜਦੋਂ ਬੰਦਾ ਇਨਸਾਨ ਨਹੀਂ ਬਣ ਸਕਿਆ ਇੱਥੇ ਸਭ ਤੋਂ ਖਤਰਨਾਕ ਕੀ ਹੈ ਮੇਰਾ ਧਰਮ ਵੱਡਾ ਮੇਰਾ ਧਰਮ ਵੱਡਾ ਕਹਿੰਦਾ ਇੱਥੇ ਸਿੱਖਿਆ ਤੇ ਇੱਥੇ ਸਿਹਤ ਪ੍ਰਣਾਲੀ ਨਾਲੋਂ ਵੱਧ ਲੋਕ ਜਦੋਂ ਧਰਮ ਨੂੰ ਦੇਣ ਲੱਗ ਜਾਣ ਤਰਜ਼ੀ ਤੇ ਸਮਝ ਲਓ ਉੱਥੇ ਇਨਸਾਨਾਂ ਦੀ ਕਦਰ ਹੋਣੀ ਹਟ ਗਈ ਹੈ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਤੇ ਅੱਜ ਔਖੀ ਵੇਖ ਵੀ ਲਿਆ ਜੀ ਕਿਸ ਤਰ੍ਹਾਂ ਇਹ ਲੋਕ ਕਹਿੰਦੇ ਨੇ ਅਸੀਂ ਗੱਡੀਆਂ ਲੈ ਕੇ ਆਵਾਂਗੇ ਅਸੀਂ ਐਂ ਕਰਾਂਗੇ ਤੁਹਾਨੂੰ ਖੁੱਲਾ ਸੱਦਾ ਜੀ ਆਓ ਜੀ ਉੱਥੇ ਸ਼ਰਮ ਕਰੋ ਯਾਰ ਤੁਸੀਂ ਧੀਆਂ ਭੈਣਾਂ ਨੂੰ ਚੱਕਣ ਦੀਆਂ ਗੱਲਾਂ ਕਰਦੇ ਹੋ ਤੇ ਤੁਸੀਂ ਪਦ ਯਾਤਰਾ ਸ਼ੋਭਾ ਯਾਤਰਾ ਕੱਢ ਰਹੇ ਹੋ ਤੁਸੀਂ ਕੁਝ ਵੀ ਕਰ ਰਹੇ ਹੋ ਕਰੋ ਆਪਣੇ ਧਰਮ ਦਾ ਪ੍ਰਚਾਰ ਕਰੋ ਸਾਨੂੰ ਥੋੜਾ ਕੋਈ ਪ੍ਰੋਬਲਮ ਹੈ ਜਿਹਨੂੰ ਮਰਜ਼ੀ ਕੋਈ ਵੀ ਕਰੇ ਸਿੱਖ ਕਰਨ ਮੁਸਲਮਾਨ ਭਰਾ ਕਰਨ ਹਿੰਦੂ ਭਰਾ ਕਰਨ ਸਾਡੇ ਕਰਨ ਜਿਨੇ ਕਰਨਾ ਹੈ ਜੀ ਪਰ ਕਮਾਲ ਦੀ ਗੱਲ ਹੈ ਜੀ ਉਹਨਾਂ ਲੋਕਾਂ ਤੇ ਹਾਲੇ ਤੱਕ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਸਮਝਿਆ ਜਾਵੇ ਜੀ ਉਹ ਸਰਕਾਰ ਦੇ ਬੰਦੇ ਨੇ ਗੁਰਮੁਖ ਪਿਆਰਿਓ ਇਹ ਬੇਨਤੀ ਮੈਂ ਤਾਂ ਕਰਦਾ ਕਿਉਂਕਿ ਹਲੇ ਵੀ ਕੁਝ ਲੋਕ ਸਾਡੇ ਸਮਝ ਨਹੀਂ ਰਹੇ ਸਮਝਣ ਤੋਂ ਭਾਵ ਕੀ ਹੈ ਕਿ ਘੱਟ ਗਿਣਤੀਆਂ ਦੇ ਤੁਹਾਡੇ ਐਵੇਂ ਡਾਂਗ ਫਿਰਦੀ ਰਹੂਗੀ ਮੈਨੂੰ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਤੁਹਾਡੇ ਤੇ ਇਦਾਂ ਹੀ ਛਤਰ ਪੈਂਦੇ ਰਹਿਣਗੇ ਤੁਸੀਂ ਆਪ ਤੇ ਇਨਸਾਨੀਅਤ ਬਣ ਕੇ ਖਲੋ ਜਾਨੇ ਹੋ ਤੇ ਇਹ ਲੋਕ ਤੁਹਾਡੇ ਜਾ ਕੇ ਭੱਜ ਭੱਜ ਲੱਤਾਂ ਮਾਰਦੇ ਨੇ ਤੁਸੀਂ ਆ ਵੀਡੀਓ ਵੇਖ ਲਿਓ ਜੀ ਕਿਸ ਤਰ੍ਹਾਂ ਤੁਹਾਡਾ ਵੀ ਮਨ ਰੋਣ ਲੱਗ ਜਾਊਗਾ ਤੁਸੀਂ ਇਹਨੂੰ ਇਨਸਾਨੀਅਤ ਕਹਿੰਦੇ ਹੋ ਇਹ ਇਨਸਾਨੀਅਤ ਨਹੀਂ ਹੋ ਸਕਦੀ ਇਹ ਇਨਸਾਨੀਅਤ ਨਹੀਂ ਹੋ ਸਕਦੀ ਇਹਨੂੰ ਅਸੀਂ ਇਨਸਾਨੀਅਤ ਨਹੀਂ ਗਿਣ ਸਕਦੇ ਸੋ ਸਾਥ ਸੰਗਤ ਇਹ ਚੀਜ਼ਾਂ ਸਾਨੂੰ ਉਹਨਾਂ ਚਿਰ ਦੁੱਖ ਦਿੰਦੀਆਂ ਰਹਿਣਗੀਆਂ ਇਹ ਚੀਜ਼ਾਂ ਸਾਨੂੰ ਉਹਨਾਂ ਚਿਰ ਝੜਕਾਉਂਦੀਆਂ ਰਹਿਣਗੀਆਂ ਜਿੰਨਾ ਚਿਰ ਅਸੀਂ ਖੁਦ ਇਨ੍ਹਾਂ ਚੀਜ਼ਾਂ ਦੇ ਵਿੱਚ ਇਨਵੋਲ ਨਹੀਂ ਹੁੰਦੇ ਅਸੀਂ ਸਮਝਦੇ ਨਹੀਂ ਵੀ ਭਾਈ ਸਹੀ ਕੀ ਹੈ ਤੇ ਗਲਤ ਕੀ ਹੈ ਇਹ ਗਲਤ ਹੋਇਆ ਜੀ ਪਹਿਲਾਂ ਤੇ ਲਲਕਾਰਿਆ ਗਿਆ 150 ਗੱਡੀਆਂ ਲੈ ਕੇ ਆਏ ਜੀ ਆਏ ਹੋ ਗਿਆ ਫਲਾਣਾ ਹੋ ਗਿਆ ਤੇ ਅਗਲਿਆਂ ਨੇ ਫਿਰ ਜੋ ਕਰਨਾ ਸੀ ਉਹ ਕੀਤਾ ਜੀ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਚੱਕਣ ਦੀਆਂ ਗੱਲਾਂ ਕਰਦੇ ਨੇ ਇਹ ਲੋਕ ਇਹ ਦੰਗਈ ਲੋਕ ਨੇ ਅਸਲ ਸੱਚਾ Hindu ਨਹੀਂ ਇਹੋ ਜਿਹਾ ਕੁਝ ਕਰਦਾ ਜਿਹੜੇ ਸੱਚੇ ਧਰਮੀ ਨੇ ਉਹ ਨਹੀਂ ਇਹੋ ਜਿਹਾ ਕੁਝ ਕਰਦੇ ਆ ਜਿਹੜੇ ਫਿਰਦੇ ਆ ਨਾ ਚਾਰ ਕੁ ਬੰਦੇ ਐ ਕਰਦੇ ਆਗੇ ਜੀ ਉਹ ਕਰਦੇ ਆਗੇ ਜੀ ਇਹ ਇਹ ਲੋਕ ਨੇ ਜਿਹੜੇ ਪੂਰੇ ਧਰਮ ਨੂੰ ਬਦਨਾਮੀ ਖਟਵਾਉਂਦੇ ਨੇ ਸਾਡੇ ਵਿੱਚ ਵੀ ਹੈਗੇ ਦੋ ਚਾਰ ਬੰਦੇ ਮੈਂ ਇਥੇ ਬੇਨਤੀ ਸਾਰਿਆਂ ਪ੍ਰਤੀਉ ਕਰਨੀ ਹੈ ਸਾਰ ਸੰਗਤ ਪਰੇ ਘੱਟ ਗਿਣਤੀਆਂ ਨਾਲ ਉਨਾਂ ਚਰ ਹੋਊਗਾ ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ ਸਾਡੇ ਵਿੱਚ ਇਕਤਾ ਜ਼ਰੂਰੀ ਹੈ ਤੇ ਇਹ ਲੋਕ ਐਵੇਂ ਸਾਡੇ ਡਾਂਗ ਫੇਰਦੇ ਰਹਿਣਗੇ ਸੋ ਅੱਜ ਅਮਰਿਤਪਾਲ ਦੇ ਬਾਰੇ ਤੇ ਬਹੁਤ ਕੁਝ ਬੋਲੇ ਪਰ ਅੱਜ ਹਰਿਆਣਾ ਦੀ ਘਟਨਾ ਦੇ ਬਾਰੇ ਉਹਨਾਂ ਸਾਰੇ ਲੋਕਾਂ ਦੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਉਹ ਸਾਰੇ ਚੁੱਪ ਕਰਕੇ ਬੈਠ ਗਏ ਸ਼ਰਮ ਦੀ ਗੱਲ ਹੈ ਜੀ ਹਰਿਆਣੇ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਲੋਕਾਂ ਦੀ ਜ਼ੁਬਾਨ ਹੀ ਨਹੀਂ ਖੁੱਲੀ ਅਮਰਤਪਾਲ ਵੇਲੇ ਤੇ ਆ ਸਾਡਾ ਢੜਰੀਆਂ ਵਾਲਾ ਵੀ ਆ ਨੇਕੀ ਵਰਗੇ ਹੋਰ ਆ ਦੁੱਕੀ ਤਕੀ ਜੇ ਸਾਰੇ ਬੋਲਦੇ ਸੀ ਐਂ ਕਰਤਾ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਲੈ ਕੇ ਉਹ ਆ ਧਰਮਾਂ ਦੀ ਲੜਾਈ ਐ ਤੁਸੀਂ ਇਹਨਾਂ ਵਾਰੀ ਬੋਲਦੀ ਕਿਉਂ ਨਹੀਂ ਵੀ ਭਾਈ ਗਲਤ ਹੋਇਆ ਜਿੱਥੇ ਸੱਚਾਈ ਐ ਉੱਥੇ ਤੁਸੀਂ ਚੁੱਪ ਕਰ ਜਾਂਦੇ ਹੋ ਜਿੱਥੇ ਤੁਹਾਨੂੰ ਬੋਲਣਾ ਚਾਹੀਦਾ ਐ ਉੱਥੇ ਤੁਸੀਂ ਦਰ ਬੱਟ ਲੈਨੇ ਹੋ ਕੀ ਗੱਲ ਭਾਈ ਜੋ ਗਲਤ ਹੋਇਆ ਕੱਲ ਨੂੰ ਇਹਨਾਂ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਐ ਇਹੋ ਜੀ ਗੁੰਡਾਗਰਦੀ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਅਸੀਂ ਕਹਿੰਨਾ ਸਾਡਾ ਦੇਸ਼ ਮਹਾਨ ਸਾਡਾ ਭਾਰਤ ਮਹਾਨ ਆਹ ਲੱchna ਕਰ ਕੀਤੇ ਨਹੀਂ ਮੈਂ ਕਹਿ ਸਕਦਾ ਵੀ ਸਾਡਾ ਭਾਰਤ ਮਹਾਨ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲਾਂ ਕੀ ਸ਼ਬਦ ਕੀ ਪ੍ਰਯੋਗ ਕਰਾਂ ਪਰ ਇਹ ਚੀਜ਼ ਮੈਨੂੰ ਸੱਚੀ ਬਹੁਤ ਗਲਤ ਲੱਗੀ ਹੁਣ ਕਈ ਲੋਕ ਕਹਿਣਗੇ ਇਹ ਵਿਦਵਾਨ ਬਣੇ ਬੈਠੇ ਨੇ ਜੀ ਇਹਨਾਂ ਨੂੰ ਕੀ ਪਤਾ ਹੈ ਸੱਚਾਈ ਕੀ ਹੈ ਜੀ ਉੱਥੇ ਆਏ ਹੋਇਆ ਫਿਰ ਸੱਚਾਈ ਕੀ ਹੈ ਤੁਸੀਂ ਬੋਲੋ ਵੀ ਅੱਗੇ ਹੋ ਗਏ ਇੱਕ ਬੋਲਦਾ 10 ਬੰਦੇ ਉਹਦੀਆਂ ਲੱਤਾਂ ਖਿੱਚਣ ਆ ਜਾਂਦੇ ਨੇ ਤੇ ਜੇ ਉੱਥੇ ਅਸੀਂ ਬੋਲੀਏ ਸੱਚਾਈ ਬਿਆਨ ਕਰੀਏ ਵੀ ਸੱਚਾਈ ਕੀ ਸੀ ਕਿਉਂ ਨਹੀਂ ਬੋਲਦੇ ਬੋਲੀਏ ਨਹੀਂ ਬੋਲਾਂਗੇ ਤੇ ਇਦਾਂ ਹੀ ਹੁੰਦਾ ਰਹੂਗਾ ਯਾਦ ਰੱਖਿਓ ਸੱਚ ਨੂੰ ਸੱਚ ਕਹਿਣਾ ਵੀ ਹਿੰਮਤ ਵਾਲਿਆਂ ਦਾ ਕੰਮ ਹੁੰਦਾ ਹੈ ਨਹੀਂ ਸੱਚ ਨੂੰ ਝੂਠ ਕਹਿਣ ਵਾਲੇ ਤੇ ਬਹੁਤ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ